ਪੰਜਾਬੀ ਗਮਨਾਮ ਦੇ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਦੋਸਤ ਉਸ ਪਰਮਜੀਤ ਸਿੰਘ ਭਗਨਾ। ਸਭ ਤੋਂ ਪਹਿਲਾਂ ਨਿਗਾਹ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ। ਪੰਜਾਬ ਨੇ ਸ਼ਰਾਬ ਤੇ ਲਾਇਆ ਕਰੋਨਾ ਸੈਂਸ, 2 ਤੋਂ 50 ਰੁਪਏ ਤੱਕ ਵਧੀ ਕੀਮਤ। ਕਰਫਿਊ ਖੁੱਲਣ ਦੇ ਬਾਵਜੂਦ ਲੋਕ ਡਾਢੇ ਪਰੇਸ਼ਾਨ, ਸੜਕਾਂ ਤੇ ਲੱਗ ਰਹੀਆਂ ਨੇ ਲੰਬੀਆਂ ਕਤਾਰਾਂ। ਮੋਦੀ ਸਰਕਾਰ ਨੇ ਵਧਾਇਆ 14 ਫਸਲਾਂ ਦਾ ਇੰਨਾ ਭਾਅ, ਕੈਪਟਨ ਵੱਲੋਂ ਇਹ ਸ਼ਰਮਨਾਕ ਕਰਾਰ। ਪੰਜਾਬ ਦੇ ਲੋਕਾਂ ਲਈ ਰਾਤ ਦੀ ਖਬਰ, ਘਰੇਲੂ ਬਿਜਲੀ 50 ਪੈਸੇ ਪ੍ਰਤੀ ਯੂਨਿਟ ਹੋਈ ਸਸਤੀ। ਆਪਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ ਗੁਰਦਾਸਪੁਰ 'ਚ ਕੱਢਿਆ ਗਿਆ ਫਲੈਗ ਮਾਰਚ। ਦਰਖਤ ਕੱਟਣ ਨੂੰ ਲੈ ਕੇ ਝਗੜੇ ਦੇ ਵਿੱਚ ਛੋਟੇ ਭਰਾ ਵੱਲੋਂ ਗੋਲੀ ਮਾਰ ਕੇ 2 ਭਰਾਵਾਂ ਦਾ ਕੀਤਾ ਕਤਲ। ਭਿਆਨਕ ਐਕਸੀਡੈਂਟ 'ਚ ਸਵਾਰ 4 ਲੋਕਾਂ ਦੀ ਹੋਈ ਮੌਤ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਅਤੇ ਲੰਮੇ ਸਮੇਂ ਤੋਂ ਲੋਕਡਾਊਨ ਕਾਰਨ ਹੋਏ ਭਾਰੀ ਮਾਲੀ ਨੁਕਸਾਨ ਦਾ ਸਾਹਮਣਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ 1 ਜੂਨ ਤੋਂ ਸ਼ਰਾਬ ਤੇ ਕੋਵਿਡ ਸੈਂਸ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕਦਮ ਦੇ ਨਾਲ ਸੂਬੇ ਦੇ ਵਿੱਚ ਚਾਲੂ ਵਿੱਤ ਵਰ੍ਹੇ 'ਚ 145 ਕਰੋੜ ਰੁਪਏ ਦਾ ਵਾਧੂ ਮਾਲੀਆ ਜਿਹੜਾ ਹੁਣ ਸਰਕਾਰ ਕੋਲ ਇਕੱਠਾ ਹੋਵੇਗਾ। ਸੂਬੇ ਨੂੰ ਸਾਲ 2020-21 ਵਾਸਤੇ 26,000 ਕਰੋੜ ਰੁਪਈਏ ਦਾ ਘਾਟਾ ਜਿਸਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਜੇ ਕੁੱਲ ਬਜਟ ਅਨੁਮਾਨਾਂ ਦਾ 30% ਇਹਦੇ ਵਿੱਚੋਂ ਨਿਕਲ ਰਿਹਾ ਅਤੇ ਇਹਦੇ ਵਾਧੂ ਮਾਲੀਆ ਪੈਦਾ ਕਰਨ ਦੇ ਕੁਝ ਸਖ਼ਤ ਉਪਾਅ ਦੀ ਜ਼ਰੂਰਤ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 12 ਮਈ ਤੋਂ ਗਠਿਤ ਕੀਤੀ ਮੰਤਰੀਆਂ ਦੀ ਸਮੂਹ ਸਿਫਾਰਸ਼ਾਂ ਨੂੰ ਸਵੀਕਾਰ ਕਰਦਿਆਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਜੋ ਸ਼ਰਾਬ ਅਤੇ ਅਤਿ ਅਗਰਾਧਿਕ ਜੋ ਆਬਕਾਰੀ ਨੀਤੀ ਹੈ ਇਸ ਦੇ ਉੱਪਰ ਵਾਧੂ ਮੁਲਾਂਕਣ ਦੇ ਫੀਸ ਵਸੂਲਣ ਦੇ ਜੋ ਚਾਰਜਿਸ ਉਹਨਾਂ ਨੂੰ ਲਾਉਣ ਦਾ ਫੈਸਲਾ ਕਰ ਲਿੱਤਾ ਅਤੇ ਸ਼ਰਾਬ ਦੀ ਢੋਆ ਢੁਆਈ ਵਾਸਤੇ ਪਰਮਿਟ ਜਾਰੀ ਕਰਨ ਵੇਲੇ ਵੀ ਆਬਕਾਰੀ ਅਤੇ ਕਰ ਵਿਭਾਗ ਨੂੰ ਮੌਜੂਦਾ ਸਾਲ ਵਿੱਚ ਸੈਂਸ ਵਸੂਲਣ ਦੇ ਨਿਰਦੇਸ਼ ਦਿੱਤੇ ਨੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਵਾਧੂ ਟੈਕਸ ਦੀ ਆਮਦਨੀ ਪੂਰੀ ਵਰਤੋਂ ਕੋਵਿਡ ਸੰਬੰਧੀ ਖਰਚਿਆਂ ਦੇ ਉੱਪਰ ਹੀ ਕੀਤੀ ਜਾਵੇਗੀ। ਸੋ ਅੱਜ ਤੋਂ ਪੰਜਾਬ ਦੇ ਵਿੱਚ ਸ਼ਰਾਬ ਪਹਿਲਾਂ ਨਾਲੋਂ ਮਹਿੰਗੀ ਵਿਕੇਗੀ। ਕੋਰੋਨਾ ਵਾਇਰਸ ਦਾ ਪਸਾਰ ਰੋਕਣ ਵਾਸਤੇ ਜਾਰੀ ਲਾਕਡਾਊਨ ਦੇ ਵਿੱਚ ਢਿੱਲ ਦੇਣ ਮਗਰੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੜਕਾਂ 'ਤੇ ਆਵਾਜਾਈ ਦੀ ਗਤੀ ਹੌਲੀ ਹੌਲੀ ਰਫ਼ਤਾਰ ਫੜ ਰਹੀ ਹੈ। ਲੋਕਾਂ ਨੇ ਸ਼ੁਕਰ ਮਨਾਇਆ ਕਿ ਹੁਣ ਕਰੀਬ 2 ਮਹੀਨਿਆਂ ਬਾਅਦ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਸਕਣਗੇ ਅਤੇ ਇਸ ਤਰ੍ਹਾਂ ਦੇ ਰਾਹ ਉਹਨਾਂ ਵਾਸਤੇ ਖੁੱਲ੍ਹ ਚੁੱਕੇ ਨੇ। ਪਰ ਇਹਦੇ ਨਾਲ ਕੁਝ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਖੱਜਲ ਖੁਆਰ ਹੋਣਾ ਪੈ ਰਿਹਾ। ਪਹਿਲਾਂ ਘਰ ਤੋਂ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ, ਅਜਿਹਾ ਨਾ ਕਰਨ 'ਤੇ ਜੁਰਮਾਨਾ ਵਸੂਲਿਆ ਜਾਂਦਾ। ਪਰ ਗੱਡੀ ਵਿੱਚ ਜਾ ਰਹੇ ਲੋਕਾਂ ਨੂੰ ਵੀ ਮਾਸਕ ਪਾਉਣਾ ਦੇ ਬਦਲੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਜੇਕਰ ਉਹ ਮਾਸਕ ਨਹੀਂ ਪਾਉਂਦੇ। ਮਾਸਕ ਨਾ ਪਾਉਣ ਦੇ ਬਦਲੇ ਚਲਾਨ, ਅਤੇ ਇਹ ਗਲਤ ਉਹਨਾਂ ਨੂੰ ਜਾਪ ਰਿਹਾ। ਅਤੇ ਲੋਕਾਂ ਦਾ ਕਹਿਣਾ ਕਿ ਗੱਡੀ ਵਿੱਚ ਬਾਹਰੋਂ ਆਉਣ ਵੇਲੇ ਮਾਸਕ ਲਾਜ਼ਮੀ ਹੋਣਾ ਚਾਹੀਦਾ, ਆਪਣੀ ਗੱਡੀ ਦੇ ਵਿੱਚ ਮਾਸਕ ਪਾ ਕੇ ਬੈਠਣ 'ਤੇ ਜੁਰਮਾਨਾ ਸਹੀ ਨਹੀਂ ਲੱਗ ਰਿਹਾ। ਇਸ ਤੋਂ ਇਲਾਵਾ ਗੱਡੀ 'ਚ 3 ਜਣਿਆਂ ਦੇ ਬੈਠਣ ਦੇ ਨਿਯਮਾਂ ਨੇ ਆਮ ਲੋਕਾਂ ਨੂੰ ਡਾਢਾ ਪਰੇਸ਼ਾਨ ਕੀਤਾ ਹੋਇਆ। ਜੇਕਰ 3 ਜਾਂ 4 ਲੋਕ ਗੱਡੀ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਦਾ ਵੀ ਪ੍ਰਾਵਧਾਨ ਕਰਨਾ ਚਾਹੀਦਾ। ਆਮ ਲੋਕਾਂ ਦਾ ਕਹਿਣਾ ਕਿ ਜੇਕਰ ਅਸੀਂ ਇੱਕ ਘਰ 'ਚ 8 ਜਾਂ 10 ਮੈਂਬਰ ਇਕੱਠੇ ਰਹਿ ਰਹੇ ਹਾਂ ਤਾਂ ਇੱਕ ਰਸੋਈ 'ਚ ਸਾਡੀ ਰੋਟੀ ਬਣਦੀ ਆ, ਤਾਂ ਗੱਡੀ ਵਿੱਚ ਕਿਤੇ ਜਾਣ ਵੇਲੇ ਪਰਿਵਾਰ ਦੇ 4 ਜੀਅ ਇਕੱਠੇ ਕਿਉਂ ਨਹੀਂ ਬੈਠ ਸਕਦੇ। ਸੋ ਕਿਤੇ ਨਾ ਕਿਤੇ ਵੱਡੀਆਂ ਮੁਸ਼ਕਲਾਂ ਹੁਣ ਇਹਨਾਂ ਲੋਕਾਂ ਨੂੰ ਆ ਰਹੀਆਂ। ਪਰ ਉੱਥੇ ਹੀ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦਾ ਹਵਾਲਾ ਦੇ ਕੇ ਇਹਨਾਂ ਨਿਯਮਾਂ ਨੂੰ ਸਖ਼ਤੀ ਨਾਲ ਪਾਲਣਾ ਕਰਾਉਣ ਵਾਸਤੇ DGP ਦਿਨਕਰ ਗੁਪਤਾ ਨੂੰ ਸਖ਼ਤ ਆਦੇਸ਼ ਦਿੱਤੇ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ 'ਚ ਅਹਿਮ ਫੈਸਲੇ ਲਏ ਗਏ ਨੇ। ਇਸ ਦੌਰਾਨ 14 ਸਾਉਣੀ ਦੀਆਂ ਫਸਲਾਂ ਦਾ ਘੱਟੋ ਘੱਟ ਮੁੱਲ ਸਮਰਥਨ MSP ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਦਾ ਕਹਿਣਾ ਕਿ ਨਵੀਂ MSP ਫਸਲਾਂ ਦੇ ਲਾਗਤ ਮੁੱਲ ਨਾਲੋਂ 50 ਤੋਂ 83% ਵਧੇਰੇ ਆ ਅਤੇ ਝੋਨੇ ਦਾ MSP 53 ਰੁਪਏ ਵਧਾ ਕੇ 1,868 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਬੇਸ਼ੱਕ ਸਰਕਾਰ ਨੇ ਇਸ ਵਾਧੇ ਨੂੰ ਕਿਸਾਨਾਂ ਨੇ ਬੇਹੱਦ ਲਾਹੇਵੰਦ ਕਰਾਰ ਦਿੱਤਾ, ਪਰ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ। ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ MSP ਵਧਾਉਣ ਨੂੰ ਨਕਾਰਿਆ ਅਤੇ ਇਸ ਨੂੰ ਪੂਰੀ ਤਰ੍ਹਾਂ ਅਯੋਗ ਕਰਾਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਕੇਂਦਰ ਕੋਵਿਡ-19 ਦੇ ਸੰਕਟ ਦੌਰਾਨ ਕਿਸਾਨਾਂ ਨੂੰ ਦਰਪੇਸ਼ ਅਤੇ ਅਤਿ ਸੰਕਟ ਹਾਲ ਵਿੱਚ ਜੋ ਛੱਡ ਰਹੀ ਹੈ ਉਹ ਉੱਥੇ ਸਰਕਾਰ ਦੀ ਅਸਫਲਤਾ ਜਿਹੜੀ ਹੈ ਅਸਫਲਤਾ ਸਾਫ਼ ਦੇਖਣ ਨੂੰ ਮਿਲ ਰਹੀ ਹੈ। ਅਤੇ ਉਹਨਾਂ ਨੇ ਕਿਹਾ ਕਿ ਕਰਜ਼ੇ ਤੋਂ ਪਰੇਸ਼ਾਨ ਅਤੇ ਤਣਾਅਪੂਰਨ ਕਿਸਾਨ ਭਾਈਚਾਰੇ ਇਹਨਾਂ ਬੇਮਿਸਾਲ ਸੰਕਟਾਂ ਵਿੱਚ ਆਪਣੇ ਬਚਾਓ ਵਾਸਤੇ ਕੇਂਦਰ ਤੋਂ ਮਦਦ ਦੀ ਉਡੀਕ ਕਰ ਰਹੇ ਸਨ, ਪਰ ਇੱਕ ਵਾਰ ਫਿਰ ਉਹਨਾਂ ਨੂੰ ਕੇਂਦਰ ਤੋਂ ਸਮਰਥਨ
नहीं मिलिया। कैप्टन अमरिंदर सिंह सरकार ने MSP वादे नूं शर्मनाक करार दिता। तुहानूं दस दिए कि मोदी सरकार ने इस वादे नूं लैके अपनी सरकार की पिठ थपाई है। पंजाब सरकार ने कोरोना संकट विचकार सूबे के लोगों नूं वड्डी राहत दित्ती है। मुख्यमंत्री कैप्टन अमरिंदर सिंह ने बिजली दरां घटा दित्तियां ने। सूबे विच बिजली की घरेलू खपत वास्ते यूनिट के अंदर 50 पैसे की कटौती की है। तो इस ही स्थिर खर्चों के 15 रुपये प्रति किलो वाट का वाधा किया। दूजे पास मुख्यमंत्री कैप्टन अमरिंदर सिंह निजी बस चालकों भी राहत दे रहे हैं तो टैक्स दर उन्हां वल्लों घटा दिता गया। स्टेज कैरियर आर्डिनेंस बसा वास्ते टैक्स दर 2.80 रुपये तो घटा के हुण प्रति किलोमीटर 2.69 रुपये कर दिती है। ये ही मुख्यमंत्री कैप्टन अमरिंदर सिंह ने ट्रांसपोर्ट विभाग को निर्देश दिए ने कि ट्रांसपोर्ट वाहन मालकों बिना किसी जुर्माने के ब्याज के 30 जून तक 1 महीने के अंदर अंदर टैक्स अदा करने की इजाजत दिती जाए। उन्हां तो किसी भी तरह का कोई लेट फीस या जुर्माना ना वसूलिया जाए। 6 जून पंजाब दे विच घल्लूघारा दिवस मनाया जा रहा है ते जिसके चलते अज गुरदासपुर दे विच गुरदासपुर पुलिस प्रशासन की तरफों डॉग स्क्वाड ते बंब स्क्वाड दीआं टीमां नाल फ्लैग मार्च कढ़िया गया ते लोकां नूं जिले दे विच अमन शांति बहाल करन दी अपील भी कीती गई है। किसी भी तरह की कोई अफवाह ना फैलाउण ते बाजारां विच करोना होण कारण समाजिक दूरी का ख्याल रखा जाए। ये सब नूं मुख रखते हुए जिथे बटाला पुलिस ते गुरदासपुर पुलिस ने मिलकर इस मुहिम शुरू किया है उत्थे ही साडे पत्रकार जतेंद्र कुंदल ने भी इस पूरी रिपोर्ट नूं इकट्ठा किया। आओ चलते हैं सीधा गुरदासपुर। जो घल्लूघारा हफ्ता चल रहा वा उसके संबंध में मानयोग SSP साहब दीआं हदायतां ते डिप्टी साहब के रहनुमाई हेठ असी एंटी सबोर्डर टीम के नाल डॉग स्क्वाड लैके सारे बस स्टैंड बाजारों की जी चैकिंग की शुरू की आ भी कोई जरा घल्लूघर हफ्ता चल रहा वा कोई शरारती अंसर कोई कोई गलत कोई घटना ना करते जहाँ कुछ अमन शांति भंग ना हो जी लगातार जारी रहेगा। ये वैसे भी अं करते रहने पर थोड़ा जहा हूँ ज़्यादा तो जारी रहना भी घल्लूघर हफ्ता चल रहा वा। इस तो अलावा जी करोना वायरस करके जी सोशल डिस्टेंस का ख्याल रखने असं अच्छे दुकाना भी नाल यही चैक की भी वाकई दुकाना सोशल डिस्टेंस चल रहा अब बिल्कुल ठीक लोगों ने पालना कर रहे। अगर कोई भी सोशल डिस्टेंस की पालना ना करता पाया तो बिल्कुल 2-2 हज़ार रुपये का जुर्माना जोड़ा चलान किया जाए। अजे तक तो साढ़े नोट्स में कोई गल नहीं आएगी। फिर भी हर जथेबंदियों का साड़ा तालमेल चल रहा कोई अजि घटना नहीं होगी। यह अमन शांति ना जरा वा घल्लूघारा हफ्ता जरा गुरदासपुर मनाया जाएगा। लोगों की अपील करना चाहिए लोगों सारे अपील करना चाहना वे सारे जड़े आ शांति बनाई रखन। अगे करोना महामारी की जी बहुत कहर चल रहा है पब्लिक को दोस्तों छुटकारा नहीं मिल रहा तो इधर कोई इस करके भी सारे जने जड़े आ छोटे भरा वालों गोलियां चला के अपने ही वड्डे भरा का कतल करने का मामला सामने निकल के आया। मरन वाले की पहचान दिलवांग सिंह लाल सिंह वजो हुई है। पुलिस ने मौके पर पहुंच के मृतकों के परिवारक मैंबर के बयान के आधार के उपर केस दर्ज करके अगली कार्रवाई शुरू कर दी है। मृतक के परिवारक मैंबर ने दसिया कि उन्हों का मजिंदर नाल किसी भी तरह का कोई वैर विरोध नहीं सी ते सवेरे वो खेतों में दरख्त की कटाई कर रहे सन ते उस वक्त मनजिंदर अपने साथियों के नाल मिलकर लाल सिंह के दिलवाग सिंह के उपर गोलियां चला गया जिथे जिस विच जख्मी हुए थे उन्होंने हस्पताल ले जाया गया जिथे उन्होंने मौत हो गई है। पट्टी तो साढ़े पत्रकार बलजीत सिंह ने जिथे सुचा सिंह DSP गलबात की है उत्थे परिवारक मैंबर का की कहना है आओ सुनते हैं इस रिपोर्ट नूं। रुख तो होया झगड़ा जी रुख वड्डिया हीगा पर कल दा इसे गलों बाद छांगण गया डैडी ना तो इसे गलों उन्हें गाल मंदा कढ़िया तो वो बस मुड़ के ये गए भरा है तो मुंडे जिन्हां ने गोलियां वज्जियां तो ये गए उ जाके तो भी गाल कढ़िया इन्होंने जाके उ जो आपसे मुड़ के हाथों पाई हुए तो मुड़ के उन्हें गोलियां मारियां तो दो दूजे के भरा मारियां दो लत्त च मारियां दूसरे दोवे भरावों गोलियां मार के उन्होंने तो एक जो मुंडा ही एक गोपी गोपी वो मगर भजा वा तो उन्हें भज के जान बचाई उन्होंने मगर भी गोली मारन पै गया। एक की मौत हो गई तो एक जख्मी हो गई भरा ही है जी छोटा भरा जिन्हें गोली चलाई है दो वे दो वे कोट।
पिंड कोट दे विच इक मनजिंदर सिंह है, उन्होंने अपने सके दो भरावां दी गोली चला के इत्थे एक ते ब्रॉडेड आया सिविल हॉस्पिटल तरन तारण, दूजे की हुण ड्यूरिंग ट्रीटमेंट उहदी एमरजेंसी वार्ड 'च रखूगी। ਕਿੰਨੇ ਦੀ ਮੌਤ ਹੋਈ ਸਰ? ਇੱਕ ਲਾਲ ਸਿੰਘ ਨੇ ਅਤੇ ਇੱਕ ਦਿਲਬਾਗ ਸਿੰਘ ਨੇ, ਦੋ ਸਕੇ ਬ੍ਰਦਰ ਆ, ਜਿਹਨੇ ਮਾਰਿਆ ਉਹ ਵੀ ਉਹਨਾਂ ਦਾ ਸਕਾ ਬ੍ਰਦਰ ਹੀ ਆ ਮਨਜਿੰਦਰ ਸਿੰਘ। ਝਗੜਾ ਕੀ ਸਰ? ਝਗੜਾ ਕੋਈ ਅੱਜ ਤਾਂ ਕੋਈ ਪੇੜ ਛੰਗਣ ਤੋਂ ਕੋਈ ਇਹਨਾਂ ਦਾ ਆਪਸ 'ਚ ਕੋਈ ਤਕਰਾਰਬਾਜ਼ੀ ਹੋ ਗਿਆ, ਅਚਾਨਕ ਉਹਨੇ ਗੋਲੀ ਚਲਾਤੀ ਇਹਨਾਂ 'ਤੇ। ਬਾਕੀ ਮੁਕਦਮਾ 302 'ਚ ਅਸੀਂ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਦੇ ਹਾਂ, ਜਿਹੜੇ ਫੈਕਟਸ ਆ ਉਹ ਸਾਹਮਣੇ ਆਉਣਗੇ ਤਫਤੀਸ਼ ਦੌਰਾਨ। ਕਿੰਨਾ ਲੋਕਾਂ ਖਿਲਾਫ਼ ਸਰ ਮਾਮਲਾ ਦਰਜ ਹੋ ਰਿਹਾ ਹੋਵੇ? ਮਨਜਿੰਦਰ ਸਿੰਘ ਅਤੇ ਇੱਕ ਦੋ ਜਿਹੜੇ ਹੁਣ ਜਿਹੜੀ ਸਟੇਟਮੈਂਟ ਦਿੰਦੇ ਉਹਨਾਂ ਦੇ ਖਿਲਾਫ਼ ਮਨਜਿੰਦਰ ਸਿੰਘ ਦੇ ਆਈ ਆ ਜਿਹਨੇ ਗੋਲੀ ਚਲਾਈ ਆ, ਬਾਕੀ ਜਿਹੜੇ ਜਿਨ੍ਹਾਂ ਦੇ ਖਿਲਾਫ਼ ਇਹ ਸਟੇਟਮੈਂਟ ਦਿੰਦੇ ਉਹਦੇ ਮੁਤਾਬਕ ਫਿਰ ਦਰਜ ਕਰਦੇ। देर रात बटाला डेरा बाबा नानक दे कोल कोटली सूरत मल्ली नेड़े कस्बे ढिलवां दे नेड़े वापर एक सड़क हादसे दे विच चार नौजवानों की मौके ते मौत हो गई। मरन वाले चार नौजवानों की उम्र 18 तो 20 साल दे विचकार दसी जा रही है। वह एक रिश्तेदार दे व्याह दे विच शामिल होने वास्ते पिंड मान खेड़ा आए हुए सन। दसिया जा रहा कि यह चारे व्याह की खरीदारी करने वास्ते आए सन ते देर रात मान खेड़ा परत रहे सन ते मरन वालों विचों सेना के दो जवान भी दसे जा रहे ने ते जो छुट्टी ते आए हुए सन। गुरदासपुर तो साढ़े पत्रकार जतेंद्र कुंदल ने सिविल हस्पताल बटाला दे डॉक्टर अमरजीत मसीह ते ASI दे नाल भी खास तौर पर गलबात की है। आओ जानते हैं की है पूरा मामला। जब मैं जाके देखा तो उत्थे एक्सीडेंट होया, चारे नौजवान बच्चे सी जिन्हां दी करीब 18 साल 14 साल उन्हां विचों दो दी ते मौके डेड बॉडी सानू मिल गई, जिन्हां दी मौके ते मौत हो गई। तो जिहड़े दो सीगे उन्होंने आपां आखा कि अमृतसर लै जाओ, वो हुण सानूं इह नहीं पता लग रहा कि अमृतसर वो किहड़े हस्पताल गए ने। जिहड़े दो आपां बच्चे लैंदे आ 18 तो 19 साल दे विच, इन्हां दी जिहड़ी लाश आपां जिहड़ी डेड हाउस जमा करा रहे हैं, जिहड़ी बाकी बनदी कारवाई आ सुबह करांगे आपां। वक्त बगाव आ कि जां वो मोटरसाइकिल दा कसूर आ कि जां इन्हां दा कसूर आ, जो इन्हां दे मापे आखणगे उहदे मुताबिक चलांगे। एक्सीडेंट होया सीगा जी, मोटरसाइकिल जाण रहा सी, बचाउण लगे जी, गड्डी फाट सीगी, ਧਰੇਕ ਦੇ ਵਿੱਚ ਵੱਜ ਗਏ, ਧਰੇਕ ਦੇ ਵਿੱਚ ਰਿਵਾਜ ਲੱਗ ਗਿਆ, ਭੱਠਾ ਸੀਗਾ ਭੱਜਦੇ ਪੁੱਛ ਗਈ ਜਾ ਕੇ। ਠੀਕ, ਇਹ ਇੱਕ ਤਾਂ ਮੁੰਡਾ ਜਿਹੜਾ ਵਾ ਦਿਲਪ੍ਰੀਤ ਸਿੰਘ ਆ ਅਤੇ ਇੱਕ ਸਕਾਰ ਦਾ ਅਤੇ ਇੱਕ ਗਾਜੀ ਨਗਰ ਦਾ ਜੀ। ਠੀਕ, ਆ ਪ੍ਰੀਤ ਆ ਇੱਕ ਦਿਲਪ੍ਰੀਤ ਆ। ਮੌਤਾਂ ਕਿੰਨੀ ਹੋਈ? ਮੌਕੇ 'ਤੇ ਦੋ ਹੋਈਆਂ ਜੀ। ਟੋਟਲ ਕਿੰਨੀ ਹੋਈ? ਨਹੀਂ ਟੋਟਲ ਨਹੀਂ ਦੱਸ ਸਕਦੇ ਆਪਾਂ, ਮੌਕੇ 'ਤੇ ਦੋ ਹੋਈਆਂ ਜੀ ਜਿਹੜੀਆਂ ਆਪਾਂ ਲੈ ਕੇ ਇੱਥੇ ਹੋਸਪਿਟਲ ਆ ਗਏ ਹਾਂ। ਜਿਹੜੀ ਇਹਨਾਂ ਦੀ ਕਾਰਵਾਈ ਜਿਹੜੀ ਸੁਬਹ ਕੀਤੀ ਜਾਊਗੀ, ਵਕਤ ਬਗਾ ਜਾ ਰਹੇ ਸੀ ਘਰ ਨੂੰ ਜਾ ਰਹੇ ਸੀ ਇਹਨਾਂ ਦਾ ਜੀ, ਕੋਈ ਮੌਕੇ 'ਤੇ ਸਾਦੀ ਸੀਗੀ, ਸਾਦੀ ਸੀ ਆਪਣੇ ਕੋਈ ਲੀੜਾ ਕੱਪੜਾ ਖਰੀਦਣ ਕੋਲ ਹੀ ਸੂਰਤ ਮਲੀ ਕਸਬਾ ਇੱਕੋ ਲੱਗਦਾ, ਉੱਥੇ ਲੱਗੇ ਉੱਥੋਂ ਖਰੀਦਣ ਵਾਸਤੇ ਆਏ ਸੀਗੇ, ਖਰੀਦ ਕੇ ਵਾਪਸ ਜਾ ਰਹੇ ਸੀਗੇ ਅਤੇ ਅੱਗੇ ਇੱਕ ਮੋਟਰਸਾਈਕਲ ਜਾਂਦਾ ਸੀਗਾ, ਉਹਨੂੰ ਬਚਾਉਣ ਲੱਗੇ, ਗੱਡੀ ਜਿਹੜੀ ਆ ਧਰੇਕ ਦੇ ਵਿੱਚ ਲੱਗ ਗਈ, ਧਰੇਕ ਨਾਲ ਵੱਜਣ ਕਰਕੇ ਸਿੱਧੀ ਜਾ ਕੇ ਭੱਠੇ ਦਾ ਹੀ ਧੁੱਸ ਗਈ। ਪੰਜਾਬੀ ਗਮਨਾਮ ਦੇ ਵਿੱਚ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ, ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ। ਸਰਦਾਰ ਗੁਰਜੀਤ ਸਿੰਘ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ, ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਸੋਤਨ ਜਾਂ ਦੁਸ਼ਮਨ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ, ਸਰਦਾਰ ਗੁਰਜੀਤ ਸਿੰਘ, ਅੱਜ ਹੀ ਫੋਨ ਕਰੋ